ਪੰਜਾਬ ਵਿੱਚ ਕਈ ਕਿਸਾਨ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਆਤਮ ਹੱਤਿਆ ਕਰ ਰਹੇ ਨੇ। ਅਜਿਹਾ ਇੱਕ ਹੋਰ ਮਾਮਲਾ ਰੋਪੜ ਦੇ ਪਿੰਡ ਕਕਰਾਲੀ ਦਾ ਹੈ, ਜਿੱਥੇ ਕਰਜ਼ੇ ਨੇ ਇੱਕ ਹੋਰ ਕਿਸਾਨ ਦੀ ਜਾਨ ਲੈ ਲਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਸੁਖਵਿੰਦਰ ਸਿੰਘ ਵਾਸੀ ਕਕਰਾਲੀ ਨੇ ਨਸ਼ੀਲਾ ਪਦਾਰਥ ਪੀ ਕੇ ਖੁਦਕੁਸ਼ੀ ਕਰ ਲਿੱਤੀ ਹੈ। ਪਤਾ ਲੱਗਾ ਹੈ ਕਿ ਉਕਤ ਮ੍ਰਿਤਕ ਕਿਸਾਨ ਦੇ ਸਿਰ ਤੇ 6 ਲੱਖ ਰੁਪਏ ਦਾ ਕਰਜ਼ਾ ਸੀ, ਜਿਸ ਕਾਰਨ ਉਹ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿੰਦਾ ਸੀ। ਕੱਟਾ ਵਾਲੇ ਸਥਾਨ ਤੇ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ। ਅਸੀਂ ਕਰਜ਼ਾ ਦਾ ਪੇਮੈਂਟ ਦਾ ਲਿਆ ਹੋਇਆ, ਹੁਣ ਤਾਰ ਹੁੰਦਾ ਨਹੀਂ ਤਾ ਜੀ, ਉਹਦੀ ਉਹ ਬਸ ਪਰੇਸ਼ਾਨੀ ਰਹਿੰਦੀ ਸੀ। ਕਿੰਨਾ ਮੈਨੂੰ ਤਾਂ ਕਹਿ ਗਿਆ ਰੋਟੀ ਪਾ ਕੇ ਰੱਖ, ਮੈਂ ਆਇਆ ਖਾਣ, ਆਇਆ ਹੀ ਨਹੀਂ ਮੁੜ ਕੇ। ਕਿੰਨਾ ਕਰਜ਼ਾ ਸੀਗਾ ਜੀ? ਮਰੰਡੇ ਬੈਂਕ ਵਿੱਚ ਲਿਮਿਟ ਕਰਾਈ ਹੋਈ 8-9 ਲੱਖ ਦੀ। ਮੇਰੇ ਬੱਚੇ ਨੌਕਰੀ ਚਾਹੀਦੀ ਹੈ, ਸਾਡਾ ਤਾਂ ਉਹੀ ਰੁਜ਼ਗਾਰ ਦਾ ਜੀ, ਕਰਜ਼ਾ ਮਾਫ਼ ਚਾਹੀਦਾ ਜੀ ਸਾਡਾ।